ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹੁਸ਼ਿਆਰਪੁਰ ਵਿੱਚ ਪਹੁੰਚ ਕੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਜੰਗਲਾਤ ਵਿਭਾਗ ਦੇ ਕੰਮਕਾਰ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਜੰਗਲ ਦੇ ਘੱਟ ਰਹੇ ਰਕਬੇ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਵੀ ਆਪਣੇ ਵਿਚਾਰ ਰੱਖੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜੰਗਲਾਂ ਹੇਠ ਰਕਬੇ ਨੂੰ ਵਧਾਉਣ ਲਈ ਛੇਤੀ ਉਪਰਾਲੇ ਕਰੇਗੀ। ਸਭ ਤੋਂ ਵੱਡਾ ਫੋਰੈਸਟ ਇਸ ਹੁਸ਼ਿਆਰਪੁਰ ਆ ਸਾਰਾ ਏਰੀਆ, ਇੱਥੇ ਅੱਜ ਮੈਂ ਪਹਿਲੇ ਦਿਨ ਆਇਆ, ਸਾਰਾ ਦਿਨ ਸਾਡੇ ਚੀਫ ਸਾਹਿਬ ਨਾਲ ਆਏ ਨੇ, ਸਾਰੇ ਆਫੀਸਰ ਸਾਹਿਬਾਨ ਨੇ। ਮੈਂ ਦੇਖਣਾ ਵੀ ਕੀ ਹਾਲਾਤ ਨੇ ਫੋਰੈਸਟ ਦੇ, ਪਿਛਲੇ 10 ਸਾਲਾਂ ਦਾ ਕੀ ਸੀ, ਅਸੀਂ ਬਿਹਤਰ ਅੱਗੇ ਕੀ ਕਰਨਾ। ਸੜਕਾਂ 4 ਲੇਨ ਬਣ ਰਹੀਆਂ ਨੇ, ਠੀਕ ਹੈ, ਉੱਥੋਂ ਦਰਖਤ ਵੱਢਿਆ ਜਾ ਰਿਹਾ, ਜੰਗਲਾਤ ਤਾਂ ਸਾਡਾ ਖਤਮ ਹੋ ਗਿਆ, ਉਹ ਮਜਬੂਰੀ ਹੈ, ਸੜਕ ਬਣਾਉਣੀ ਹੈ ਤਾਂ ਦਰਖਤ ਵੱਢੇ ਹੀ ਜਾਣਗੇ। ਪਰ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿੰਨੀ ਸਾਡੀ ਜੰਗਲਾਤ ਤਾਂ ਖਤਮ ਹੋ ਗਿਆ, ਨਵਾਂ ਜੰਗਲਾਤ ਲਾਉਣ ਵਾਸਤੇ ਸਾਨੂੰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਅਕਵਾਇਰ ਕਰਕੇ ਨਾਲ ਉਨੀ ਜਗ੍ਹਾ ਦਿੱਤੀ।